बाहर दहो अंतर मन मैला दोए ठोए अपने खोए दोए ठारे अपने उगर गया
गुर गया जैसे खोटा डबुआ उगुर गया जैसे खोटा डबुआ नदर शराफा आया नदर शराफा अंतर जमी सब किछ जाने अंतर जमी सब किछ जाने उसने कहां छुपाया बंच निमुनियादा कूड़ कपट बंच निमुनियादा बिंस गया तत्काले बिनस गया तत्काले सत 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 नानक कहया सत 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 नानक कहया अपने हृदय देख संभाले अपने हृदय देख संभाले मत है हो रहा मत है गोविंद भजन की गोविंद भजन की मत है हो रहा वर्मी मारी सपना अपना मरे नाम ना सुनी डोरा हेरा नाम ना सुनी डोरा मत है हो रहा
जिनकी मत है होरा। गोविंद भजन की मत है होरा। वर में मारी सपना भरी, वर में मारी सपना भरी मत है होरा। बाबा होर मत होर होर, कुंगू की काया रत्ना की ललता, अगर वास तन सास अठ सठ तीर्थ का मुख टिका तित घाट। तित घाट मत विगास, तित घाट मत विगास। बाबा होर मत होर होर, ओत मती सलाना, गुर की मत तू ले आने ओत मती सलाना। बड़ी मत दी लोड़ है, मत विच्चों मता निकलदा, मनुख मते नू फैसला आखदा। एक गल दुरुस्त है कि मत विच्चों मता निकलदा है, उस मते नू फैसला मन के मनुख जीवन दा राह उलीकदा है। गुरु कहिंदे ने जे हर किसे काम लई किसे मत दी लोड़ है, सिख्या दी लोड़ है, मनुख जीवन भर मत ही तो लेंदा रहिंदा, उंदी गोदी विच पलदा है। गुरु ने बाणी विच एवें नहीं आखिया माता मत, असल मां तां मत है जिंदी गोदी विच पलदा है। पर गुरु कहिंदे ने मां नूं कुछ जिम्मेवारियां क्यों सौंपियां गईयां ने, क्योंकि जो जी मां मत बनदी है वह जहा जीवन बनता है, उनकी गोदी भी जू पलना। मैं एक बार कि गुरु ने बाणी अंदर एक बारी सजा का लफज भी मां लई वरत्या, माए मुंडो तिस गुरु की जाते भरम ना जाए। गुना किसे दा ते सजा मां नू क्यों? कहन लगे निरी सजा नहीं, मैं उत्तमता दा जेड़ा सर्टिफिकेट है वो मां नू ही देना। एक बार कई बार इस सब्जेक्ट सामने आया,
कुछ मावां दा ही संबंध ऐसा जुड़ गया जिन्हां ने अपनी मत नाल बच्चियां नूं भगती वाले पासे लाया। उहदे च फरीद दी मां दा वी जिक्र आया, उहदे च त्रबू दी मां दा वी जिक्र आया। ਭਾਵੇਂ ਧਰੂ ਦੀ ਮਾਂ ਦਾ ਸੰਬੰਧ, ਪਹਿਲਾਦ ਦੀ ਮਾਂ ਦਾ ਸੰਬੰਧ ਜਦੋਂ ਸਾਹਮਣੇ ਆਇਆ ਤਾਂ ਉੱਥੇ ਆਖ ਦਿੱਤਾ, ਪਹਿਲਾਦ ਦੀ ਮਾਂ ਦੀ ਗੱਲ ਸੁਣ ਕੇ ਵੀ ਪਹਿਲਾਦ ਨਹੀਂ ਮੰਨ ਰਿਹਾ, ਇਸ ਦਾ ਮਤਲਬ ਮਾਂ ਦੇ ਹੁਕਮ ਦੀ ਅਦੂਲੀ ਕਰ ਰਿਹਾ। ਕਹਿਣ ਲੱਗੇ, ਨਹੀਂ ਮਾਤਾ ਉਪਦੇਸ਼ੇ, ਪਹਿਲਾਦ ਪਿਆਰੇ ਪੁੱਤਰ ਰਾਮ ਨਾਮ ਛੋਡੋ, ਕਿਉਂਕਿ ਛੋਡੋ ਕਹਿੰਦੀ ਹੈ, ਪੁੱਤਰ ਰਾਮ ਨਾਮ ਛੋਡੋ, ਜੀਓ ਲਿਓ ਬਾਰੇ। ਤੇ ਉੱਥੇ ਮਾਂ ਦੇ ਸਾਹਮਣੇ ਜਵਾਬ ਦੇ ਦਿੰਦਾ ਪ੍ਰਹਿਲਾਦ, ਉਹਨੂੰ ਨਲਾਇਕ ਆਖੋਗੇ? ਨਹੀਂ, ਪ੍ਰਹਿਲਾਦ ਭਗਤ ਹੈ। ਮਾਂ ਨੂੰ ਜਵਾਬ ਦਿੰਦਾ ਕਹਿੰਦਾ, ਪ੍ਰਹਿਲਾਦ ਕਹੇ ਸੁਣੋ ਮੇਰੀ ਮਾਂ ਹੈ, ਰਾਮ ਨਾਮ ਨਾ ਛੋਡੋ, ਗੁਰ ਦੀ ਆ ਬਜਾਏ ਮੈਂ ਤੇਰੀ ਮੱਤ ਨੂੰ ਪਹਿਲ ਦੇਵਾਂ ਕਿ ਆਪਣੇ ਗੁਰੂ ਦੀ ਮੱਤ ਨੂੰ ਪਹਿਲ ਦੇਵਾਂ। ਬੜੇ ਜ਼ਿੰਦਗੀ ਦੇ ਐਸੀਆਂ ਉਲਝਣਾਂ ਅਤੇ ਐਸੇ ਭੁਲੇਖੇ ਨੇ ਜਿਹੜੇ ਗੁਰਬਾਣੀ ਵਿੱਚੋਂ ਦੂਰ ਹੁੰਦੇ ਨੇ, ਕਿ ਗੁਰੂ ਦੀ ਮੱਤ ਕਿੱਡੀ ਮਹਾਨ ਹੈ, ਉਹਦੇ ਸਾਹਮਣੇ ਇਹ ਹਮੇਸ਼ਾ ਪਰਖਣਾ ਕਿ ਮੈਨੂੰ ਦੋਸਤ ਦੀ ਮੱਤ ਕੀ ਮਿਲਦੀ ਹੈ, ਮਾਂ ਪਿਓ ਦੀ ਮੱਤ ਕੀ ਮਿਲਦੀ ਹੈ, ਭੈਣਾਂ ਭਰਾਵਾਂ ਦੀ, ਪਰਿਵਾਰ ਦੀ, ਸੰਸਾਰ ਦੀ ਮੱਤ ਕੀ ਮਿਲਦੀ ਹੈ, ਅਤੇ ਗੁਰੂ ਸਾਨੂੰ ਮੱਤ ਕੀ ਦਿੰਦਾ। ਲਓ, ਇਸੇ ਲਈ ਆਖਰੀ ਫੈਸਲਾ ਸੀ ਗੁਰੂ ਦੀ ਮੱਤ ਦਾ। ਮੈਂ ਅੱਜ, ਮੇਰੀ ਮਜਬੂਰੀ ਹੈ, ਮੈਂ ਚਾਹੁੰਦਾ ਕਿ ਇਸ ਸਬਜੈਕਟ ਨੂੰ ਅੱਜ ਸਮਾਪਤੀ ਕਰਾਂ, ਕਿਉਂਕਿ ਅਗਲਾ ਹਫ਼ਤਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਹਾੜਾ, ਉਸੇ ਚਾਹ ਜਾਣਾ ਅਤੇ ਮੈਂ ਚਾਹੁੰਦਾ ਉਹ ਵੀ ਹਾਜ਼ਰੀ ਭਰੀ ਹੈ। ਇਹ ਸਬਜੈਕਟ ਤਾਂ ਇੰਨਾ ਲੰਬਾ ਹੈ ਵੀ ਵੱਧਦਾ ਹੀ ਚਲਾ ਜਾਂਦਾ ਹੈ। ਗੱਲ ਤਾਂ ਸਿਰਫ ਮੱਤ ਦੀ ਹੈ, ਅਤੇ ਮੱਤ ਵਿੱਚ ਜੁਗਤ ਹੁੰਦੀ ਹੈ ਜੀਵਨ ਦੀ। ਇਹੋ ਕਾਰਨ ਹੈ ਮਨੁੱਖ ਹਰ ਕੰਮ ਲਈ ਕੋਈ ਜੁਗਤ ਭਾਲਦਾ ਹੈ ਅਤੇ ਜੁਗਤ ਲਈ ਕਿਸੇ ਦੀ ਮੱਤ ਲੈਂਦਾ ਹੈ। ਮੱਤ ਵਿੱਚੋਂ ਜੁਗਤ ਮਿਲਦੀ ਹੈ ਅਤੇ ਜੀਵਨ ਨੂੰ ਵੀ ਜਿਉਣਾ ਹੋਵੇ, ਜੀਵਨ ਬੜਾ ਕੀਮਤੀ ਹੈ। ਇਹ ਮਨੁੱਖ ਦੇ ਜੀਵਨ, ਹਰ ਮਨੁੱਖ ਨੂੰ ਜਿਉਣਾ ਨਹੀਂ ਆ ਰਿਹਾ, ਜੀਵਨ ਕੀਮਤੀ ਹੈ, ਇਹਦੇ ਲਈ ਵੀ ਜੁਗਤ ਚਾਹੀਦੀ ਹੈ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਸੱਚ ਤਾਂ ਪਰ ਜਾਣੀ ਹੈ, ਸੱਚ ਤਾਂ ਪਰ ਜਾਣੀ ਹੈ, ਜਾ ਜੁਗਤ ਜਾਣੇ ਜੀਓ, ਜੀਵਨ ਦੀ ਜੁਗਤ ਜਾਣੇ। ਜੇ ਜੀਵਨ ਲਈ ਜੁਗਤ ਚਾਹੀਦੀ ਹੈ ਤਾਂ ਗੁਰੂ ਨੇ ਬਾਣੀ ਵਿੱਚ ਵੀ ਕਹਿ ਦਿੱਤਾ, ਕਹਿਣ ਲੱਗੇ ਭਗਤੀ ਲਈ ਵੀ ਜੁਗਤ ਚਾਹੀਦੀ ਹੈ। ਗੁਰ ਕੀ ਮੱਤ ਤੂੰ ਲੈ ਆਇਆ ਨੇ, ਮਨੁੱਖ ਨੂੰ ਜਿਉਣਾ ਵੀ ਨਹੀਂ ਆ ਰਿਹਾ, ਭਗਤੀ ਦੇ ਨਾਮ 'ਤੇ, ਨਾਮ ਦੇ ਨਾਮ 'ਤੇ, ਧਰਮ ਦੇ ਨਾਮ 'ਤੇ ਵੀ ਉਲਝ ਰਿਹਾ ਹੈ। ਅੱਜ ਕਦੀ ਨਿਗਾਹ ਮਾਰੀਏ ਚੁਫੇਰੇ ਵਿੱਚ ਅਤੇ ਇੰਨੀਆਂ ਉਲਝਣਾਂ ਖੜੀਆਂ ਹੋ ਗਈਆਂ ਨੇ ਦਿਨ ਰਾਤ। ਮਨੁੱਖ, ਮੈਂ ਜਦੋਂ ਅੱਜ ਦੇ ਯੁੱਗ ਮੁਤਾਬਕ ਸਾਧਨ ਮਿਲਿਆ, ਅਸੀਂ ਸੰਸਾਰ ਦੇ ਹਰ ਇੱਕ ਖਿੱਤੇ ਵਿੱਚ ਬੈਠੇ ਹੋਏ ਮਨੁੱਖ ਨੂੰ ਇੱਥੇ ਸੁਣ ਸਕਦੇ ਹਾਂ, ਪਛਾਣ ਸਕਦੇ ਹਾਂ, ਜਾਣ ਸਕਦੇ ਹਾਂ ਵੀ ਉਹਦੇ ਕੀ ਵਿਚਾਰ ਨੇ, ਉਹਦੇ ਕੀ ਵਿਚਾਰ ਨੇ। ਇੰਟਰਨੈੱਟ ਇੱਕ ਐਸਾ ਸਾਧਨ ਬਣ ਗਏ, ਪਰ ਉਹਦੇ ਵਿੱਚ ਜਦੋਂ ਮੈਂ ਦੇਖਣਾ ਤਾਂ ਇਹ ਨਜ਼ਰ ਆਉਂਦਾ ਵੀ ਜਿਵੇਂ ਮਨੁੱਖ ਕੇਵਲ ਅਤੇ ਕੇਵਲ ਉਲਝਣਾਂ ਵਿੱਚ ਫਸਿਆ ਹੋਇਆ, ਇੱਕ ਦੂਜੇ ਨਾਲ ਟਕਰਾਈ ਜਾਂਦਾ ਹੈ। ਟਕਰਾਓ ਹਮੇਸ਼ਾ ਉਦੋਂ ਹੁੰਦਾ ਜਦੋਂ ਨਿਸ਼ਾਨਾ
मनुख का टारगेट एक ना हो, विचारधारा एक ना हो, उदों ही उलझन पैदा होंगी, उदों ही टकराव पैदा होंगे। अज का हर मनुख का टकराव यह साबित करता है कि मनुख विच विचारधारा एक नहीं रही, उलझन बन गई, तो विचारधारा मत विचों निकलती है। इनका मतलब मत देन वाला भी एक नहीं रहा, क्योंकि मत विच जुगलता है। गुरु ने बाणी अंदर एक ख्याल दे दिता, कहन लगे जति सदा वै, जेड़ा मैं होर विस्तार विच ना जावां, जेड़ा आज दा मसला पिछे चल रहा है उन्दे नाल संबंधित है। जति सदा वै जुगत ना जाने, बाबा कबीर जी का श्लोक जो चलिया अखीरला, के जो ग्रह तो धर्म कर, एक हिस्सा ऐसी ये किसती है तो धर्म निजम विच आ, उथे भी निजम का मतलब भी जुगत होंगे, निजम विच आ जीवना सिख, ते नहीं तो कर वैराग, क्योंकि इन्दे विच तैनूं किरत करनी पैंदी, परिवार पालना है, संसार नाल संबंध रखना है, परिवार वास्ते घर बार चाहिए, बच्चों नूं पढ़ाउणा है, ये सारियां जिम्मेवारियां ने। वो सारियां जिम्मेवारियां गिरही कोल ने, जिहड़ा घर छड्ड के जंगलों में चला गया उन्हें तो कोई अपनी जिम्मेवारी रखी नहीं, जिम्मेवारियां तो, ते इसलिए जिंदे सिर जिम्मेवारियां उन्हें उन्हें कुछ करना भी है। मसला है वो किरत, किरत क्यों करनी है, क्योंकि हर काम लई हर जिम्मेवारी भुगतान लई कुछ माया चाहिए, कुछ कमाई चाहिए, तो गुरु ने जुगत दिती सी उद्यम करेंद्या जीव तू, जे गृही है तो उद्यम करेंद्या जीव तू कमावद्या सुख पुंच। हुण कमाई किरत करन लई हिम्मत उद्यम सब कुछ चाहिए है, तो जेड़े मनुख, अगला मसला यह आ गया सी भी जे तू ये नहीं कर सकता, जे तेरे विच उद्यम नहीं कमाई करन दी किरत करन दी लालसा भी कोई नहीं, छड़ना चाहना है तो फिर वैरागी हो जा, घर बार छड़ दे। पर एक ख्याल करी, जे घर बार छड़ेगा तो जेड़ा कमावदियां सुख पुंच वाला हिस्सा है, मैं पिछली लड़ी जोड़ रही वह तेरे को चला जाएगा, कमावदियां सुख पुंच, जे कमाई नहीं करनी तो फिर कपड़ा कितों मिलना है, फिर चंगी रोटी कितों मिलनी है, फिर भाईचारे दे नाल सांझ कितों मिलनी है, बच्चिया परिवार का सुख कितों मिलना है, जे तू कमाई नहीं करनी। वह कमावदियां सुख पुंच का सब कुछ तेरे हथों चला जाएगा, ते मत समझे कि कमांदे हां सुख पुंचदा सारा कुछ छड़न नाल तू बड़ा महान हो जाना है, बैरागी हो जाना है। गुरु ने कह दिता, अन्न न खाया साध गवाया, बहुत दुख पाया दूजा भाया, बस्तर न पैरे अनस कहरे, पिछली बार ये आ चुका है, ये दूजा हिस्सा सी। हुण अज मैं इस पासे वधना चाहना तीजे हिस्से वाल, के बैरागी बंधन करे। बैरागी बंधन कदों करता है, जिन्हें घर छड़ दिता है, उन्हें रोटी चंगी नहीं मिली, ग्रह ताज बनखंड जाइए चुन खाइए कंधा, उन्हें कपड़ा पहनन लई नहीं मिले, दुखी हो गया। गुरु ने हालांकि पहला आख्या सी, देखी जति सदावे जुगत न जाने छड़ बाए घर बार, इस नूं चंगा सी तू गृही हो, गृही में सदा हर जाण उदासी, ज्ञान तत् विचारी हो, पर ओ कर न सकिया, बैरागी हो गया। बैरागी विच जदों सुख त्यागने पए उदों दुखी हो गया, ते फिर तीजा हिस्सा आ गया है।
ਇਹ ਹੁਣ ਚਾਹੁੰਦਾ ਸੀ ਵੀ ਕੰਮ ਵੀ ਨਾ ਕਰਾਂ, ਕਿਰਤ ਕਰਨੀ ਤਾਂ ਛੱਡੀ ਸੀ ਅਤੇ ਮੇਰੇ ਸੁੱਖ ਵੀ ਨਾ ਜਾਣ। ਲਓ ਇਹ ਤੀਜਾ ਹਿੱਸਾ, ਇਹ ਤੀਜਾ ਹਿੱਸਾ ਬੈਰਾਗੀ ਬੰਧਨ ਕਰੇ। ਇਹਨੇ ਸੋਚਿਆ ਵੀ ਜੇ ਮੈਂ ਬੈਰਾਗੀ ਹੁੰਦਾ ਜੰਗਲਾਂ ਵਿੱਚ ਜਾਣਾ ਸਾਰਾ ਸੁੱਖ ਚੱਲ ਖਤਮ ਹੋ ਜਾਂਦੇ, ਕਿਰਤ ਮੈਂ ਕਰਨਾ ਨਹੀਂ ਚਾਹੁੰਦਾ। ਹੁਣ ਇਹਨੇ ਇੱਕ ਹੋਰ ਤਰੀਕਾ ਵਰਤਿਆ, ਇਹ ਤੀਜਾ ਹਿੱਸਾ ਸੀ, ਅਭਾਗਾ ਬਦਕਿਸਮਤ ਤਰੀਕਾ ਜਿਹੜਾ ਸਭ ਤੋਂ ਮਾੜਾ ਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ। ਬੈਰਾਗੀ ਬੰਧਨ ਕਰੇ ਦੇ ਨਾਲ ਅਭਾਗ ਲਫਜ਼ ਜੋੜਿਆ, ਨਹੀਂ ਤਾਂ ਕਰ ਬੈਰਾਗ ਨਾਲ ਅਭਾਗ ਲਫਜ਼ ਨਹੀਂ ਜੋੜਿਆ। ਦੇਖੋ ਸ਼ਬਦਾਵਲੀ ਦੀ ਗੁਰੂ ਦੀ ਚੋਣ ਕੈਸੀ ਹੈ, ਜੋ ਗ੍ਰਹਿ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ ਕਹਿ ਦਿੱਤਾ, ਉੱਥੇ ਨਾਲ ਅਭਾਗ ਨਹੀਂ ਜੋੜਿਆ, ਬਦਕਿਸਮਤੀ ਨਹੀਂ ਜੋੜੀ। ਅਭਾਗੇ ਦਾ ਅਰਥ ਹੁੰਦਾ ਮੰਦੇ ਪਾਕਾਂ ਵਾਲਾ, ਬਦਕਿਸਮਤ, ਉੱਥੇ ਨਹੀਂ ਜੋੜਿਆ, ਇੱਥੇ ਜੋੜ ਦਿੱਤਾ ਤੀਜੀ ਥਾਂ ਤੇ। ਕਹਿਣ ਲੱਗੇ ਤੂੰ ਕਿਰਤ ਵੀ ਨਹੀਂ ਕਰਨਾ ਚਾਹੁੰਦਾ, ਗ੍ਰਹਿ ਵੀ ਨਹੀਂ ਬਣਨਾ ਚਾਹੁੰਦਾ, ਜ਼ਿੰਮੇਵਾਰੀਆਂ ਤੂੰ ਵੀ ਭੱਜ ਗਿਆ, ਤੇ ਫਿਰ ਸੁੱਖ ਵੀ ਚਾਹੁੰਦਾ, ਸੁੱਖ ਲਈ ਤੇਰੇ ਕੋਲ ਤਰੀਕਾ ਇਹਨੇ ਤੇ ਕਿਹੜਾ ਤਰੀਕਾ ਅਪਣਾਇਆ, ਉਹ ਸੀ ਭੇਖਧਾਰੀ ਹੋਣਾ। ਇਹ ਛੱਡ ਕੇ ਜੰਗਲਾਂ ਵਿੱਚ ਨਹੀਂ ਗਿਆ, ਇਹ ਤੀਜਾ ਹਿੱਸਾ ਜਿਹੜਾ, ਉਹ ਬੈਰਾਗੀ ਜਿਹੜਾ ਛੱਡ ਕੇ ਜੰਗਲਾਂ ਵਿੱਚ ਨਹੀਂ ਗਿਆ, ਗੁਫਾਵਾਂ ਵਿੱਚ ਨਹੀਂ ਗਿਆ, ਭੋਰਿਆਂ 'ਚ ਵੜ ਗਿਆ, ਕਿਉਂਕਿ ਭੋਰੇ ਨੇ ਸ਼ਹਿਰਾਂ 'ਚ ਬਣਾਉਣੇ ਸਨ, ਭੋਰੇ ਨੇ ਡੇਰਿਆਂ ਵਿੱਚ ਬਣਾਉਣੇ ਸਨ, ਸੰਸਾਰ ਤੋਂ ਜ਼ਿੰਮੇਵਾਰੀਆਂ ਛੱਡੀਆਂ। ਪਰ ਜੇ ਜੰਗਲਾਂ ਵਿੱਚ ਆਉਂਦਾ ਤਾਂ ਉੱਥੇ ਰੋਟੀ ਮੁਸ਼ਕਲ ਸੀ, ਜੇ ਜੰਗਲਾਂ ਵਿੱਚ ਜਾਂਦਾ ਉੱਥੇ ਕਪਹਿਨਣ ਲਈ ਕੱਪੜਾ ਕੌਣ ਦਿੰਦਾ। ਇਹਨੇ ਆਖਿਆ ਬਜਾਇ ਉਸ ਗੱਲ ਦੇ, ਦੁਨੀਆਂ ਵਿੱਚ ਹੀ ਰਹਾਂ ਪਰ ਇਸ ਢੰਗ ਨਾਲ ਰਹਾਂ ਕਿ ਬਜਾਏ ਮੈਨੂੰ ਗੁਫਾਵਾਂ ਦੇ ਮੈਂ ਭੋਰਿਆਂ 'ਚ ਵੜ ਜਾਂ, ਅਤੇ ਆਖਾਂ ਮੈਂ ਸੰਸਾਰ ਤਿਆਗ ਦਿੱਤਾ। ਪਰ ਗੁਰੂ ਕਹਿੰਦੇ ਨੇ ਇਹ ਭਗਤੀ ਦੀ ਸਾਰ ਨੇ, ਮੈਂ ਦੇਖਦਾ ਕੀ ਹਾਂ। ਕਹਿਣ ਲੱਗੇ ਤੂੰ ਦੁਨੀਆਂ ਛੱਡੀ ਵੀ ਨਹੀਂ, ਦੁਨੀਆਂ ਦੇ ਸਾਹਮਣੇ ਇੱਕ ਚੋਲਾ ਤੂੰ ਬਜਾਏ ਨੰਗੇ ਰਹਿਣ ਦੇ ਖੂਬਸੂਰਤ ਚੋਲਾ ਪਾ ਲਿਆ, ਬਜਾਏ ਨੰਗੇ ਰਹਿਣ ਦੇ ਭੇਖ ਬਣਾ ਲਿਆ, ਬਜਾਏ ਰੋਟੀ ਛੱਡ ਕੇ ਕੰਧ ਮੂਲ ਚੂਣ ਖਾਣ ਦੇ ਤੇਰੇ ਲਈ ਵੱਖਰੇ ਸਾਲ ਲੱਗਦੇ ਨੇ, ਪਹਿਲਾਂ ਲੱਗਦੇ ਨੇ। ਦਾਸ ਨੇ ਅੱਖਾਂ ਨਾਲ ਦੇਖਿਆ, ਕੋਲ ਬੈਠ ਕੇ ਲਾਇਆ, ਕਾਨਪੁਰ ਦੀ ਕੋਈ, ਖੈਰ ਮੈਂ ਨਾਮ ਨਹੀਂ ਲੈਣਾ ਚਾਹੁੰਦਾ। ਲੰਗਰ ਜਦੋਂ ਵਰਤਦਾ ਅਤੇ ਜਿਹੜੇ ਪ੍ਰਚਾਰਕ ਵਗੈਰਾ ਆਏ ਹੋਣੇ ਉਹ ਸਾਧੂ ਨੇ ਨਾਲ ਬਿਠਾ ਲੈਣੇ ਉਸ ਵੱਖਰੇ ਕਮਰੇ 'ਚ, ਸੰਗਤ ਵੱਖਰੇ ਕਮਰੇ 'ਚ, ਅਤੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਖਾਣੇ ਬਣੇ ਹੋਣੇ ਉਹ ਸੇਵਾਦਾਰ ਨੇ ਪਹਿਲਾਂ ਪਤੀਲਾ ਲਿਆਉਣਾ ਅਤੇ ਇਉਂ ਟੇਢਾ ਕਰਕੇ ਉਸ ਮਹਾਂਪੁਰਸ਼ ਦੇ ਸਾਹਮਣੇ ਖੜਾ ਕਰ ਦੇਣਾ। ਉਹਨੇ ਆਪਣੀ ਹੱਥੀਂ ਨਾਲ ਵਿੱਚੋਂ ਚੁਣ ਚੁਣ ਕੇ ਚੀਜ਼ ਆਪਣੇ ਥਾਲ ਵਿੱਚ ਪਾਉਣ, ਸਾਰੇ ਉੱਥੋਂ ਹਾਜ਼ਰੀ ਕਰ ਭਰ ਕੇ ਪਤੀਲੇ ਜਾਂਦੇ ਸਨ ਤਾਂ ਸੰਗਤ ਵਿੱਚ ਪਹੁੰਚਦੇ ਸਨ। ਤਾਂ ਮੇਰੇ ਕਹਿਣ ਦਾ ਮਤਲਬ, ਮੈਂ ਨਾਮ ਲਏ ਬਿਨਾਂ ਇਹ ਤੁਹਾਡੇ ਸਾਹਮਣੇ ਆਪਣੀ ਹੱਡ ਬੀਤੀ ਅੱਖਾਂ ਨਾਲ ਦੇਖੇ ਨਜ਼ਾਰੇ ਦੇਖੇ, ਪਰ ਇਹ ਕਿਉਂ, ਜੇ ਜੰਗਲਾਂ ਵਿੱਚ ਰਹਿੰਦਾ ਇਹ ਕੁਛ ਕਿਵੇਂ ਹੁੰਦਾ। ਉਹਨੇ ਆਖਿਆ ਜੰਗਲਾਂ 'ਚ ਨਹੀਂ ਰਹਿਣਾ, ਡੇਰਾ ਬਣਾਓ। ਆ ਡੇਰੇਦਾਰ ਸਾਧ ਜਿਹੜਾ ਹੈ ਨਾ, ਡੇਰੇਦਾਰ ਵੈਰਾਗੀ ਜਿਹੜਾ ਹੈ, ਕਰਮ ਕਾਂਡ ਪਖੰਡ ਉੱਥੇ ਚੱਲਦਾ ਹੈ, ਜਿਹੜਾ ਜੰਗਲਾਂ ਵਿੱਚ ਗਿਆ ਉਹ ਨਹੀਂ, ਉਹਦੇ ਕੋਲ ਸੁੱਖ ਤਾਂ ਚਲੇ ਗਏ ਨੇ, ਦੁਖੀ ਹੈ, ਉਹਦੇ ਕੋਲ ਪਹਿਨਣ ਲਈ ਕੱਪੜਾ ਕੋਈ ਨਹੀਂ, ਉਹਨੂੰ ਬੇਸ਼ੱਕ ਭਗਤੀ ਦੇ ਸਾਰ ਨਹੀਂ ਗੁਰੂ ਨੇ ਕਹਿ ਦਿੱਤਾ। ਮਾਇਆ ਕੀ,
किरत छोड़ गवाई है शब्द की तुक है। जेड़ी माया वाली किरत सी दौलत सी वो तो छड़ दित्ती ते भगती सार न जाने पता नहीं भगती वो प्रवान होनी कि नहीं होनी। जती सदावे युगत ना जाने छड़ बहे घर बार। हुण होया कि उथों तो वह निकल आया उन्हें डेरा बना लिया उत्थे जंगल विच बहन वाले लिए मजबूरी आ गई सी लोड़ वेले खरे कितने मंगन भी जाता उन्हू उत्थे हुण मंगन जाने उन्हें चेले चाटड़ चाच फिर बना लिया। गुरु ने बाणी अंदर बहुत कुछ स्पष्ट किया है। कहिंदे ने घर की नार ते आगे अंधा पर नारी सों काले तंदा। अगले पासे एक लफज वरते ने कहिंदे ने जैसे सिंबल देख सूआ बिग सन्ना सूआ कहिंदे ने तोते नूं जिवें कि तोता सिंबल दे वड्डे दरख्त नूं वेखदा ते बड़ा खुश हुंदा है भी इस दरख्त ते बैठांगा ना इत्थों फल भी चंगे मिठे मिलणगे छां भी मिलेगी किते होर जाना भी नहीं पाएगा। जैसे सिंबल देख सूआ बिग सन्ना गुरु ने भी बाणी विच आख्या कहन लगे गए कि सिमल रुख सराय रास असली बार विच भी गल वरती सिमल रुख सराय अदीर्घ अत मुछ पर होया कि ओए जे आवे आस कर जाए निराशे कित फल फिके फुल बक बके कम ना आवे पत। कहन लगे डेरेदार भी अपना डेरा ते ऐश प्रस्ती कीमती कारा वधिया कीमती चोले चार चुफेरे जड़े सेवादार चेले चाटरे उनका नतीजा की होया इस खिलारे नू वेख के इस नू वेख के जेले होर लोग सन वो तोते वांगू उनके पिछे लग गए। जैसे सिंबल देख सूआ बिग सन्ना इस तरह चेले वे गए। हूँ आख्या इतों बहुत कुछ जिंदे को एने पदार्थ एने रिधिया सिधिया के मालिक उत्थे गल की वेख के उन्होंने ऐश प्रस्ती तो उन्होंने साधन लोग आखन लग पे ओ जी तो महापुरश रिधिया सिधिया के मालिक ने रिधिया सिधिया उन्होंने चरणों में ऐसे तुसी अज दे जमाने अंदर ये सारिया चीज़ा गुरु ने कह दिता कह लगे उगर गया जैसे खोटा टबोवा। अज असी देखने यह जी ऐश परिस्थिति दे महल्लां दे साधन बनाने वाले कारां कोठियां दे साधन बनाने वाले बहुत सारे अज दे ओ बैरागी बने जेल विच बैठे ने अपनी बादी खिलाफ बदनीयत करके जेलों में बैठे असीं अज देख रहे हैं। पर गुरु ने सच आख दिता पहला आख दिता कहन लगे भलिया जो ग्रहे तां धर्म कर जे वैरागी होने नहीं तां कर वैराग छड़ दे पर सुख भी त्याग दे फिर लालसा सुख दी ना रख दुनिया के सामने धर्म कांड का पर्दा ना बना। इसलिए आखिरी तुक अंदर गुरु नानक एक गल बड़ी स्पष्ट आख दिती इस विच शब्द विच कहन लगे कूड़ कपट बंच निम मुनियादा। कपट कहिंदे ने कपाट तो लफज बने अगे कपाट कहिंदे ने किवाड़ नूं किवाड़ जेड़ा है वह हुंदा पड़दे लई ते झूठ जेड़ा हुंदा है वह भी हुंदा पड़दे लई किसे सच नूं छुपाना होवे ना गल नूं ते फिर मनुख उत्थे झूठ बोलदा है। झूठ दा सहारा कदों लैंदा है जदों किसे नूं छुपाना होवे ते जे छुप जिहड़ी चीज़ छुपाई जाए उहनूं पड़दे विच कहिंदे ने। सतगुरु ने बाणी विच भी आख्या दे किवाड़ अणक पड़दे में लफज गुरबाणी दा
ਦੇ ਕਿਵਾੜ ਅਣਖ ਪੜਦੇ ਮੈਂ ਪਰਦਾਰਾ ਸੰਗ ਫਾਕੇ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢਾਕੇ ਝੂਠ ਜਿਹੜਾ ਕੂੜ ਜਿਹੜਾ ਉਹ ਕਪਟ ਹੈ ਕਿਵਾੜ ਹੈ ਦਰਵਾਜ਼ਾ ਹੈ ਮਨੁੱਖ ਦਰਵਾਜ਼ਾ ਬੰਦ ਕਦੋਂ ਕਰਦਾ ਹੈ ਛੇਤੀ ਨਾਲ ਜਦੋਂ ਪੜਦੇ ਵਿੱਚ ਰਹਿਣ ਹੋ ਕਿਉਂਕਿ ਕਿਵਾੜ ਇੱਕ ਪੜਦਾ ਹੈ ਪਰ ਗੁਰੂ ਕਹਿੰਦੇ ਨੇ ਜਿਹੜਾ ਕੂੜ ਦਾ ਕਵਾੜ ਹੈ ਨਾ ਪੜਦਾ ਨਾ ਉਹ ਬਹੁਤੀ ਦੇਰ ਨਹੀਂ ਰਹਿੰਦਾ ਨਿੰਮ ਮੁਨਿਆਦਾ ਜਿਹਦੀ ਮੁਨਿਆਦ ਕੋਈ ਨਹੀਂ ਇਹ ਅੱਜ ਵੀ ਖੁੱਲ੍ਹਣਾ ਕੱਲ੍ਹ ਵੀ ਖੁੱਲ੍ਹਣਾ ਜਿਨ੍ਹਾਂ ਦੇ ਪੜਦੇ ਖੁੱਲ੍ਹ ਗਏ ਉਹ ਜੇਲ੍ਹਾਂ 'ਚ ਬੈਠੇ ਨੇ ਸਾਡੇ ਸਾਹਮਣੇ ਅਤੇ ਇਹੋ ਗੱਲ ਗੁਰੂ ਨੇ ਬਾਣੀ ਵਿੱਚ ਆਖ ਦਿੱਤੀ ਕਹਿਣ ਲੱਗੇ ਕੂੜ ਕਪਟ ਬੈਂਚ ਨਿੰਮ ਮੁਨਿਆਦਾ ਬਿਨਸ ਗਿਆ ਤਤਕਾਲ ਬਿਨਸ ਗਿਆ ਤੋਂ ਭਾਵ ਖਤਮ ਹੋ ਗਿਆ ਟੁੱਟ ਗਿਆ ਤਤਕਾਲ ਮਿੰਟਾਂ ਵਿੱਚ ਪੜਦੇ ਜ਼ਹਿਰ ਹੋ ਗਏ ਬਿਨਸ ਗਿਆ ਤਤਕਾਲ ਕਹਿਣ ਲੱਗੇ ਸੱਤ 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 ਨਾਨਕ ਕਿਹਾ ਆਪਣੇ ਹਿਰਦੇ ਦੇਖ ਸੰਭਾਲੇ ਤਿੰਨ ਵਾਰ ਜਿਹੜਾ ਬਚਨ ਹੋ ਜਾਏ ਉਹਦਾ ਮਤਲਬ ਹੁਣ ਤਾਂ ਯਕੀਨ ਦਿਵਾਉਣਾ ਕਹਿਣ ਲੱਗੇ ਭਲਿਆ ਗੁਰੂ ਨਾਨਕ ਸੱਤ ਸੱਚੀ ਸੱਚੀ ਗੱਲ ਕਹਿੰਦਾ ਸੱਚੀ ਗੱਲ ਕਹਿੰਦਾ ਸੱਚੀ ਗੱਲ ਕਹਿੰਦਾ ਆਪਣੇ ਹਿਰਦੇ ਵਿੱਚ ਇਸ ਗੱਲ ਨੂੰ ਯਾਦ ਰੱਖ ਕਿ ਇਹ ਕੂੜ ਕਪਟ ਜਿਹੜਾ ਇਹ ਬੇਬੁਨਿਆਦ ਹੁੰਦਾ ਇਹਦੀ ਬੁਨਿਆਦ ਕੋਈ ਨਹੀਂ ਇਸ ਲਈ ਕੂੜ ਕਪਟ ਵਿੱਚ ਨਾ ਪਏ ਜਿਹੜਾ ਅੱਜ ਦਾ ਪਖੰਡੀ ਭੇਖਧਾਰੀ ਤੂੰ ਦੇਖਣਾ ਇਹ ਕੂੜ ਕਪਟ ਵਿੱਚ ਪਿਆ ਹੋਇਆ ਸਿਰਫ ਆਪਣੇ ਆਪ ਨੂੰ ਛੁਪਾਉਣ ਲਈ ਜੇ ਤੂੰ ਵੈਰਾਗੀ ਬਣਨਾ ਤਾਂ ਜੰਗਲਾਂ ਵਿੱਚ ਜਾ ਫਿਰ ਤੈਨੂੰ ਕੁਝ ਤਿਆਗਣਾ ਵੀ ਪਤਾ ਲੱਗੇ ਨੰਗੇ ਰਹਿਆਂ ਜਿਵੇਂ ਲੇਵਾਨ ਮਿਰਗੂ ਦਾ ਸੀ ਪਰ ਤੂੰ ਚਾਹੁੰਦਾ ਮੈਂ ਰਵਾਂ ਵੀ ਸੰਸਾਰ ਵਿੱਚ ਰਵਾਂ ਵੀ ਮਹੱਲਾਂ ਵਿੱਚ ਵੱਡੇ ਡੇਰਿਆਂ ਵਿੱਚ ਜਿਵੇਂ ਪਿਛਲੇ ਦਿਨ ਚੱਲ ਕੀਤੀ ਸੀ ਉਹਦਾ ਨਤੀਜਾ ਹੈ ਤੂੰ ਉਹ ਗੁਲਾਮ ਬਣ ਗਿਆ ਅਤੇ ਮੈਂ ਪਿਛਲੇ ਦਿਨ ਪਿਛਲੇ ਸਾਲ ਹਫ਼ਤੇ ਵੀ ਅਰਜ਼ ਕੀਤੀ ਸੀ ਕਿ ਐਡੀ ਅਜੀਬ ਗੱਲ ਹੈ ਗਰੀਬ ਬੰਦਾ ਦੋ ਬੈਡਰੂਮ ਦਾ ਮਕਾਨ ਬਣਾਵੇ ਟੈਕਸ ਲੱਗ ਜਾਂਦਾ ਪ੍ਰੋਪਰਟੀ ਟੈਕਸ ਅਤੇ ਐਡੇ ਐਡੇ ਵੱਡੇ ਮਹੱਲ ਅਤੇ ਡੇਰੇ ਬਣਾਉਣ ਵਾਲਿਆਂ 'ਤੇ ਕੋਈ ਟੈਕਸ ਨਹੀਂ ਉਹ ਰੱਜ ਕੇ ਐਸ਼ਪ੍ਰਸਤੀ ਕਰਨ ਉਹਨਾਂ 'ਤੇ ਕੋਈ ਟੈਕਸ ਨਹੀਂ ਇਹ ਸਭ ਕੁਝ ਕਿਉਂ ਹੈ ਕਿਉਂਕਿ ਸਿਆਸਤ ਦੇ ਭਾਈਵਾਲ ਬਣ ਚੁੱਕੇ ਨੇ ਇਹ ਅੱਜ ਤੋਂ ਨਹੀਂ ਬੜੇ ਪੁਰਾਤਨੀ ਹਿਸਟਰੀ ਵੀ ਜਦੋਂ ਅਸੀਂ ਪੜ੍ਹਦੇ ਹਾਂ ਹਰ ਬ੍ਰਾਹਮਣ ਕਿਉਂ ਰਾਜਿਆਂ ਨਾਲ ਬਣਾ ਕੇ ਰੱਖਦਾ ਸੀ ਬਾਬਾ ਕਬੀਰ ਜੀ ਦਾ ਹੀ ਇੱਕ ਸ਼ਬਦ ਆਇਆ ਸੀ ਜਿਹਦੇ ਵਿੱਚ ਆਪਣੀ ਰਸਨਾ ਤੋਂ ਬਾਬਾ ਕਬੀਰ ਜੀ ਨੇ ਆਖਿਆ ਸੀ ਤੂੰ ਬਾਹਮਣ ਮੈਂ ਕਾਸ਼ਿਕਾ ਜੁਲਹਾ ਬੁਝੋ ਮੋਰ ਗਿਆਨਾ ਤੁਮ ਤੋਂ ਜਾਚੇ ਭੂਪਤ ਰਾਜੇ ਤੂੰ ਤਾਂ ਰਾਜਿਆਂ ਦਾ ਪੰਗਤ ਹੈ ਰਾਜਿਆਂ ਨਾਲ ਤੇਰੀ ਸਾਂਝ ਹੈ ਇਸੇ ਤਰ੍ਹਾਂ ਮੁੱਲਾਂ ਕਾਜ਼ੀਆਂ ਦੀ ਵੀ ਵਕਤ ਦੇ ਰਾਜਿਆਂ ਨਾਲ ਸਾਂਝ ਰਹੀ ਮੈਂ ਅਰਜ਼ ਕੀਤੀ ਸੀ ਦੇਖੋ ਜਿੰਨੇ ਵੀ ਅਗਲੇ ਹਫ਼ਤੇ ਆਪਾਂ ਮਨਾਵਾਂਗੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਾ ਪੁਰਬ ਤਾਂ ਦੇਖਿਓ ਸ਼ਹੀਦੀਆਂ ਜਿੱਥੇ ਵੀ ਹੋਈਆਂ ਨੇ ਉੱਥੇ ਕਾਜ਼ੀਆਂ ਕੋਲੋਂ ਫਤਵੇ ਲੈ ਕੇ ਆਏ ਅਤੇ ਕਾਜ਼ੀ ਕੌਣ ਨੇ ਇੱਕ ਧਰਮ ਨਾਮ ਥੱਲੇ ਪਹਿਰਾਵਾ ਪਹਿਨਣ ਵਾਲੇ ਅਤੇ ਗੁਰੂ ਇਹੋ ਗੱਲ ਕਹਿੰਦਾ ਭਲਿਆ ਜੇ ਤੂੰ ਸਿਆਸਤ ਲਈ ਧਰਮ ਦੀ ਨਿਗਰਾਨੀ ਥੱਲੇ ਉਹਦੀ ਪਨਾਹ ਥੱਲੇ ਆਪਣੀ ਐਸ਼ ਪ੍ਰਸਤੀ ਬਣਾ ਕੇ ਅਤੇ ਫਿਰ ਦੁਨੀਆਂ ਦੇ ਸਾਹਮਣੇ ਵੈਰਾਗੀ ਬਣਨਾ ਹੈ ਸਾਧੂ ਬਣਨਾ ਡੇਰੇਦਾਰ ਬਣਨਾ ਤਾਂ ਇਹਦੇ ਨਾਲੋਂ ਬਦਕਿਸਮਤ ਹੋਰ ਕੋਈ ਨਹੀਂ ਇਹੋ ਗੱਲ ਆਪਣੀ ਰਸਾਂ ਤੋਂ ਬਾਬਾ ਕਬੀਰ ਜੀ ਨੇ ਤੀਜੇ ਵਿੱਚ ਹਿੱਸੇ ਵਿੱਚ ਆਖੀ ਅਤੇ ਕਹਿਣ ਲੱਗੇ ਜੋ ਗ੍ਰਹਿ ਤਾਂ ਧਰਮ ਕਰ ਨਹੀਂ ਤਾਂ ਕਰ ਬੈਰਾਗ ਪਰ ਇੱਕ ਖਿਆਲ ਕਰੀ ਬੈਰਾਗੀ ਬੰਧਨ ਕਰੇ ਤਾਂ ਕੋ ਬਡੋ ਅਭਾਗ ਜੇ ਬੈਰਾਗੀ ਹੋ ਕੇ ਫਿਰ ਉਸੇ ਹੀ ਚੇਲਾਂ ਚਾਟੜਾਂ ਦੇ ਅਤੇ ਉਸੇ ਹੀ ਸਿਆਸਤ ਦੇ ਰਾਜਨੀਤੀ ਦੇ ਗੁਲਾਮ ਹੋ ਕੇ ਬੰਧਨ ਬਣ ਕੇ ਆਪਣੇ ਡੇਰੇ 'ਤੇ ਆਪਣੀ ਐਸ਼ ਪ੍ਰਸਤੀ ਬਣਾਈ ਰੱਖਣ ਦਾ ਖਿਆਲ ਬਣਾਈ ਬੈਠਾ ਤਾਂ ਵਿਸ਼ਵਾਸ ਕਰ ਤੇਰੇ ਵਰਗਾ ਬਦਕਿਸਮਤ ਕੋਈ ਨਹੀਂ ਬਾਬਾ ਕਬੀਰ ਜੀ ਦੇ ਉਸ ਲਫਜ਼ ਨੂੰ ਗੁਰੂ ਨੇ ਬਾਣੀ ਅੰਦਰ ਇੱਕ ਲਾਈਨ ਅੰਦਰ ਇੱਕ ਸਲੋਕ ਵਿੱਚ ਸਮਾਪਤ ਕਰ ਦਿੱਤਾ ਕਹਿਣ ਲੱਗੇ ਇਸ ਲਈ ਚੰਗੀ ਗੱਲ ਇਹ ਹੈ ਕਿ ਮੈਂ ਤੈਨੂੰ ਗੁਰੂ ਦੀ ਬਖਸ਼ੀ ਹੋਈ ਜੁਗਤ ਦੇਣਾ ਚਾਹੁੰਦਾ
ਤੇ ਉਸ ਜੁਗਤ ਨਾਲ ਤੂੰ ਸੰਸਾਰ ਅੰਦਰ ਸੁੱਖ ਪਾਉਂਦਿਆਂ ਹੋਇਆਂ ਜਿਹੜਾ ਜਾ ਕੇ ਤੂੰ ਪਖੰਡ ਕਰਕੇ ਦੁਨੀਆਂ ਕੋਲੋਂ ਸੁੱਖ ਪਾ ਲੈਣਾ, ਉਹ ਸੰਸਾਰ ਅੰਦਰ ਸੁੱਖ ਪਾਉਂਦਿਆਂ ਹੋਇਆਂ ਭਗਤੀ ਦਾ ਜੀਵਨ ਬਣ ਜਾਏਗਾ ਤੇਰਾ। ਪਰ ਜੁਗਤ ਗੁਰੂ ਕੋਲੋਂ ਲੈ ਲੈ। ਇਹੋ ਗੱਲ ਆਪਣੀ ਰਸਾਂ ਤੋਂ ਇੱਕ ਸਲੋਕ ਵਿੱਚ ਗੁਰੂ ਨੇ ਆਖੀ ਅਤੇ ਕਹਿਣ ਲੱਗੇ, ਨਾਨਕ ਸਤ ਗੁਰੂ ਬਹਿਟੀਐ, ਨਾਨਕ ਸਤ ਗੁਰੂ ਬਹਿਟੀਐ, ਪੂਰੀ ਹੋਵੇ ਜੁਗਤ। ਤੇ ਉਸ ਜੁਗਤ ਨਾਲ ਕੀ ਬਣੇਗਾ? ਹਸੰਦਿਆ ਖੇਲੰਦਿਆ ਪਹਿਨੰਦਿਆ ਖਵੰਦਿਆ ਵਿੱਚ ਹੋਵੇ ਮੁਕਤ। ਕੈਸੀ ਜੁਗਤ ਹੈ? ਕਹਿਣ ਲੱਗੇ, ਮਨ ਰੇ ਗ੍ਰਹਿ ਹੀ ਮੈਂ ਉਦਾਸ, ਜੁਗਤ ਗੁਰੂ ਕੋਲੋਂ ਸੁੱਖ। ਅਤੇ ਜੇ ਤੂੰ ਜੁਗਤ ਸਿੱਖੇਗਾ, ਗੁਰੂ ਦੀ ਮੱਤ ਲਵੇਂਗਾ, ਤੇ ਤੈਨੂੰ ਪਤਾ ਲੱਗ ਜਾਏਗਾ ਕਿ ਗੋਬਿੰਦ ਭਜਨ ਕੀ ਮੱਤ ਹੈ ਹੋਰਾ। ਜਿਹੜੀ ਮੱਤ ਲੈ ਕੇ ਤੂੰ ਪਖੰਡ ਕਰ ਰਿਹਾ ਇਹ ਨਹੀਂ, ਜਿਹੜੀ ਮੱਤ ਲੈ ਕੇ ਤੂੰ ਕੇਵਲ ਮਾਲਾ ਗੱਲ ਵਿੱਚ ਪਾ ਕੇ ਦਿਖਾ ਰਿਹਾ ਇਹ ਮੱਤ ਨਹੀਂ, ਉਹ ਮੱਤ ਹੋਰ ਹੈ। ਤੂੰ ਸੰਸਾਰ ਤਾਂ ਛੱਡਿਆ ਪਰ ਅੰਦਰੋਂ ਆਪਣੀ ਲਾਲਸਾ ਨਹੀਂ ਛੱਡ ਸਕਿਆ। ਇਹਦੇ ਲਈ ਇੱਕ ਐਗਜ਼ਾਮਪਲ ਦਿੰਦੇ ਨੇ ਕਿ ਵਰਮੀ ਮਾਰੀ ਅਗਲੀ ਲਾਈਨ ਜਿਹੜੀ ਹੈ, ਸਾਪ ਨਾ ਮਰੇ। ਵਰਮੀ ਕਹਿੰਦੇ ਨੇ ਖੁੱਡ ਨੂੰ, ਜੇ ਖੁੱਡ ਬੰਦ ਕਰ ਲਈਏ ਤੇ ਅੰਦਰ ਬੈਠਾ ਹੋਇਆ ਸੱਪ ਥੋੜੋ ਮਰ ਜਾਂਦਾ। ਕਹਿਣ ਲੱਗੇ, ਜੇ ਤੂੰ ਸਰੀਰ ਦੇ ਕੱਪੜੇ ਕੋਟ ਪੈਂਟ ਦੀ ਥਾਂ 'ਤੇ ਇੱਕ ਲੰਬਾ ਚੋਲਾ ਪਾਉਣਾ ਸ਼ੁਰੂ ਕਰ ਦੇਵੇਂ ਤੇ ਆਖੇ ਬਖੋਰ ਮੈਂ ਹੁਣ ਵੈਰਾਗੀ ਹੋ ਗਿਆ। ਇਹ ਤੂੰ ਮਾਨੋ ਆਪਣੇ ਸਰੀਰ ਰੂਪੀ ਖੁੱਡ ਬਦਲੀ ਹੈ ਪਰ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤਾਂ ਜਿਹੜਾ ਸੱਪ ਬੈਠਾ ਹੈ ਨਾ ਉਹ ਨਹੀਂ ਮਰਿਆ। ਤੇ ਵਿਸ਼ਵਾਸ ਕਰ, ਇਹੋ ਕਾਰਨ ਹੈ ਤੂੰ ਭਗਤੀ ਵਾਲਾ ਨਹੀਂ ਬਣ ਸਕਿਆ, ਕੇਵਲ ਪਖੰਡ ਵਾਲਾ ਦਿਖਾਵੇਦਾਰ ਵੈਰਾਗੀ ਬਣ ਗਿਆ। ਇਹੋ ਗੱਲ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਆਖੀ ਤੇ ਕਹਿਣ ਲੱਗੇ, ਗੋਬਿੰਦ ਭਜਨ ਕੀ ਮੱਤ ਹੈ ਹੋਰਾ। ਭਲਿਆ ਗੋਬਿੰਦ ਭਜਨ ਦੀ ਭਗਤੀ ਦੇ ਮਾਰਗ ਤੇ ਚੱਲਣਾ ਹੋਵੇ ਤੇ ਉਹ ਮੱਤ ਹੋਰ ਹੈ, ਤੇ ਉਹ ਮੱਤ ਕੇਵਲ ਤੇ ਕੇਵਲ ਗੁਰੂ ਕੋਲੋਂ ਮਿਲਦੀ ਹੈ। ਜਿਹੜਾ ਗੁਰੂ ਆਖਦਾ ਇਸ ਮੱਤ ਮੁਤਾਬਕ ਤੈਨੂੰ ਘਰ ਪਰਿਵਾਰ ਸੰਸਾਰ ਛੱਡਣ ਦੀ ਲੋੜ ਨਹੀਂ, ਬਲਕਿ ਹੱਸਦਿਆਂ ਖੇਲਦਿਆਂ ਪਹਿਨਦਿਆਂ ਖਵਾਉਂਦਿਆਂ ਵਿੱਚ ਹੋਵੇ। ਸਤਿਗੁਰੂ ਬਾਬਾ ਕਬੀਰ ਜੀ ਦੇ ਰਾਹੀਂ ਵੀ ਇਹੋ ਲਫ਼ਜ਼ ਦਾ ਮੈਸੇਜ ਦਿੱਤਾ, ਭਲਿਆ ਜੋ ਗ੍ਰਹਿ ਤਾਂ ਧਰਮ ਕਰ, ਨਹੀਂ ਤਾਂ ਕਰ ਵੈਰਾਗ, ਵੈਰਾਗੀ ਬੰਧਨ ਕਰੇ। ਜੇ ਤੂੰ ਵੈਰਾਗੀ ਹੋ ਕੇ ਮੁੜ ਸਿਆਸਤ ਦੇ ਜਾਂ ਸੰਸਾਰ ਦੇ ਰਾਜਨੀਤੀ ਦੇ ਹੱਥਾਂ ਵੱਲ, ਚੇਲਿਆਂ ਦੇ ਹੱਥਾਂ ਵੱਲ ਦੇਖਣਾ, ਕੋਈ ਮੇਰੇ ਵਾਸਤੇ ਰੋਟੀ ਲਿਆਵੇ, ਕੋਈ ਮੇਰੇ ਵਾਸਤੇ ਮੇਰੇ ਘਰ ਨੂੰ ਮੇਰੇ ਡੇਰੇ ਨੂੰ ਵੱਡਾ ਕਰਨ ਲਈ ਬਣਾਉਣ ਲਈ ਆਪਣੀ ਕਮਾਈ ਵਿੱਚੋਂ ਮੈਨੂੰ ਦਸਵੰਧ ਦੇਵੇ, ਜੇ ਤੂੰ ਫਿਰ ਮੁੜ ਕੇ ਉਹਨਾਂ ਦੀ ਉਡੀਕ ਕਰਨੀ ਹੈ ਤਾਂ ਇਸ ਦੇ ਵਰਗਾ ਅਭਾਗਾ ਬਦਕਿਸਮਤ ਕੋਈ ਨਹੀਂ। ਇਹੋ ਗੱਲ ਬਾਬਾ ਕਬੀਰ ਜੀ ਨੇ ਵੀ ਆਖੀ ਅਤੇ ਸਤਿਗੁਰੂ ਜੀ ਨੇ ਵੀ ਇਹੋ ਗੱਲ 'ਤੇ ਮੋਹਰ ਲਾਈ ਅਤੇ ਕਹਿਣ ਲੱਗੇ, ਗੋਬਿੰਦ ਭਜਨ ਕੀ ਮੱਤ ਹੈ ਹੋਰਾ। ਮਾਇਆ ਕੀ ਕਿਰਤ ਛੋੜ ਗਵਾਈ। ਜੇ ਤੂੰ ਇੰਨਾ ਅਡੰਬਰ ਕਰਨਾ ਸੀ ਤਾਂ ਕਿਰਤੀ ਬਣਦਾ। ਮਾਇਆ ਕੀ ਕਿਰਤ ਛੋੜ ਗਵਾਈ,
भक्ति सार ना जाने, भक्ति सार ना जाने, मत है होरा मत है होरा मत है होरा। गुरु ने विश्वास दिवाया है संसार अंदर इसलिए ये फिरके बन गए। गृही नू सब तो माड़ा आखन लग पाए लोग, गृहस्थी जी माया तो माया विच खचत है, वो भलिया डेरे उदो उस माया तो बनते हैं, आ लंगर उस माया तो चलते ने, जेड़ा कोई किरती किरत करता है। जे अज दुनिया के संसारे लोग किरत छड़ देन तो भला वेखिए डेरे किवें चलते ने, लंगर किवें चलते ने। ते गुरु कहते ने भलिया मैं तेनों यो जुगत दसना कि उद्यम करेंदा जीव तू घुमावद्या सुख पुंज, हाँ त्यादियाँ तू प्रभु मिल, हाथ पाओ कर काम सब चीत निरंजन नाल, त्यादियाँ तू प्रभु मिल। नानक उतरी चिंत ता कि तेनू चिंता ना रवे कोई मेरे लिए रोटी ले आएगा, तेनू यह चिंता ना रहे मेरे लिए कोई कपड़ा ले आएगा। आखिर तू एक मालिक दी चिंता ते बेफिक्र क्यों नहीं होंदा, सो करता चिंता करे जिन्हों पाया जग। इसलिए उनके भरोसे ते जीवन गुजारना ते गृही हो के किरत करदिया जीवन गुजारना, फिर उस जीवन दे अंदर प्रभु ते भरोसा रखना, त्यादियाँ तू प्रभु मिलना कुतरी चिंत, यो भगती दी जुगत गुरु फरमाता है। इन्होंने शब्दों नाल खिमांदा जा चुका, फतेह बुलाओ, वाहिगुरु जी का खालसा वाहिगुरु जी।